ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਚਰਚਾ 'ਤੇ ਹੀ ਚਰਚਾ ਕਰ ਰਹੇ ਹਾਂ ਕਿ ਚਰਚਾ ਕਿੰਨੇ ਪ੍ਰਕਾਰ ਦੀ ਹੈ ਅਤੇ ਸਤਿਗੁਰਾਂ ਨੇ ਸਾਨੂੰ ਕਿਹੜੀ ਚਰਚਾ ਕਰਨ ਲਈ ਕਿਹਾ ਅਤੇ ਕਿਸ ਚਰਚਾ ਤੋਂ ਵਰਜਿਆ ਵੀ ਹੈ। ਚਰਚਾ ਦਾ ਅਰਥ ਤਾਂ ਹੁੰਦਾ ਵਰਣਨ ਕਰਨਾ, ਕਥਨ ਕਰਨਾ, ਵਿਖਿਆਨ ਕਰਨਾ ਜਾਂ ਪ੍ਰਸ਼ਨ ਉੱਤਰ। ਉਂਝ ਸਮਰਥ ਕੋਸ਼ ਵਿੱਚ ਚਰਚਾ ਦਾ ਭਾਵ ਸੰਵਾਦ ਵੀ ਹੈ, ਸੰਵਾਦ ਵੀ ਹੈ, ਗੋਸ਼ਟੀ ਵੀ ਹੈ, ਬਹਿਸ ਵੀ ਹੈ, ਵਾਦ ਵੀ ਹੈ ਅਤੇ ਵਾਦ ਵੀ ਹੈ। ਇਹ ਸ਼ਬਦ ਚਰਚਾ ਲਈ ਆਉਂਦੇ ਨੇ। ਪਰ ਕਿਉਂਕਿ ਜਿਹੜਾ ਗੋਸ਼ਟੀ ਦੀ ਕਲਾ ਸਾਨੂੰ ਵਿਰਸੇ 'ਚ ਮਿਲੀ ਹੈ, ਤਾਂ ਇਹਦੇ ਬਾਰੇ ਸਾਡੀ ਗ੍ਰੰਥ ਹੈ ਸਿੱਖਾਂ ਦੀ ਭਗਤਮਾਲਾ, ਉਹਦੇ ਵਿੱਚ ਇੱਕ ਪ੍ਰਸੰਗ ਹੈ। ਇਹ ਸੰਪਾਦਨਾ ਭਾਈ ਵੀਰ ਸਿੰਘ ਜੀ ਹੋਰਾਂ ਦੀ ਹੈ। ਕਹਿੰਦੇ ਇੱਕ ਦਿਨ ਭਾਈ ਦਰਗਾਹ ਭੰਡਾਰੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆ ਕੇ ਅਰਜ਼ ਕੀਤੀ, ਗਰੀਬ ਨਵਾਜ਼, ਸਿੱਖ ਸ਼ਬਦ ਦੀ ਵਿਚਾਰ ਕਰਦੇ ਆਪਸ ਵਿੱਚ ਜਿਹੜੇ ਹੈ ਉਹ ਉਲਝ ਜਾਂਦੇ ਨੇ ਜਾਂ ਬੋਲ ਉੱਠਦੇ ਹੈ ਸ਼ਬਦ ਹੈ। ਸਤਿਗੁਰਾਂ ਫਰਮਾਇਆ ਚਾਰ ਪ੍ਰਕਾਰ ਦੀ ਚਰਚਾ ਹੈ। ਸਿੱਖ ਦੋਏ ਪ੍ਰਕਾਰ ਦੀ ਚਰਚਾ ਕਰਨ, ਦੋਏ ਪ੍ਰਕਾਰ ਦੀ ਤਿਆਗਣ। ਤਾਂ ਪਹਿਲੀ ਚਰਚਾ ਦਾ ਜੋ ਵਰਣਨ ਹੈ ਉਹ ਹੈ ਵਾਦ ਚਰਚਾ। ਵਾਦ ਵਿੱਚ ਹੈ ਕਿ ਜੋ ਆਪ ਨੂੰ ਸਮਝ ਨਹੀਂ ਉਹ ਕਿਸੇ ਵਿਸ਼ੇਖ ਬੁੱਧੀ ਵਾਲੇ ਕੋਲੋਂ, ਉੱਤਮ ਬੁੱਧੀ ਵਾਲੇ ਕੋਲੋਂ ਉਹਦਾ ਉੱਤਰ ਲੈ ਲੈਣਾ ਅਤੇ ਉਹਨੂੰ ਹਿਰਦੇ ਧਾਰਨਾ। ਜਿਵੇਂ ਅੱਜ ਸਾਡੀ ਵਿਦਿਆਰਥੀ ਅਤੇ ਅਧਿਆਪਕ ਦਾ ਰਿਸ਼ਤਾ ਹੈ ਜਾਂ ਸਾਡੀ ਗੁਰੂ ਸ਼ਿਸ਼ ਪਰੰਪਰਾ ਹੈ ਕਿ ਕਿਉਂਕਿ ਪ੍ਰਸ਼ਨ ਕੋਈ ਆਏਗਾ ਅਤੇ ਉਹਦਾ ਉੱਤਰ ਆਏਗਾ, ਅਤੇ ਇਹਨੂੰ ਇੱਕ ਚਰਚਾ ਲਿਖਿਆ। ਦੂਸਰੀ ਹੈ ਹੇਤ ਚਰਚਾ। ਸੰਸਕ੍ਰਿਤ ਵਿੱਚ ਜਿਹੜਾ ਹਿੱਤ ਹੈ ਜਾਂ ਹੇਤ ਪਿਆਰ ਲਈ ਹੈ ਕਿ ਅਤ ਪਿਆਰ ਨਾਲ, ਅਤੇ ਲਿਖਿਆ ਹੈ ਜੋ ਆਪਣੇ ਹਿਰਦੇ ਆਵੇ ਸੋ ਕਹਿ ਸੁਣਾਉਣਾ, ਜੋ ਦੂਸਰਾ ਹਿਰਦੇ ਆਵੇ ਪ੍ਰੇਮ ਨਾਲ ਸਰਵਣ ਕਰਨਾ ਅਤੇ ਵਿਸ਼ੇਖ ਨੂੰ ਆਪਣੇ ਹਿਰਦੇ ਵਿੱਚ ਧਾਰਨਾ। ਅੱਗੇ ਸਤਿਗੁਰਾਂ ਨੇ ਬਚਨ ਕੀਤਾ ਕਿ ਜਿਵੇਂ ਦੀਪਕ ਦੇ ਸਨਮੁੱਖ ਦੀਪਕ ਜਗਾਈਦਾ ਅਤੇ ਦੋਨਾਂ ਦਾ ਅੰਧੇਰਾ ਦੂਰ ਹੋ ਜਾਂਦਾ, ਕਿਉਂਕਿ ਜੇ ਇੱਕ ਦੀਪਕ ਜਗਦਾ ਉਹਦੇ ਥੱਲੇ ਅੰਧੇਰਾ ਹੁੰਦਾ। ਤਾਂ ਇਹ ਸਾਡਾ ਲੋਕ ਅਖਵਾਣ ਵੀ ਹੈ, ਦੀਵੇ ਥੱਲੇ ਅੰਧੇਰਾ। ਉਹਦਾ ਕਾਰਨ ਇਹ ਹੈ, ਕਈ ਵਾਰੀ ਕਿਸੇ ਸ਼ਖਸ ਨੂੰ ਆਪਾਂ ਰੋਸ਼ਨੀ ਦਾ, ਗਿਆਨ ਦਾ ਕੇਂਦਰ 'ਤੇ ਮੰਨਦੇ ਹਾਂ, ਪਰ ਜਿਹੜਾ ਉਹਦੇ ਵਿੱਚ ਹੰਕਾਰ ਹੁੰਦਾ, ਉਹਦੇ ਵਿੱਚ ਹਉਮੈ ਹੁੰਦੀ ਹੈ, ਅਤੇ ਜਿਹੜੀ ਉਹਦੇ ਵਿੱਚ ਕਿਸੇ ਨੂੰ ਸੁਣਨ ਦੀ ਪ੍ਰਵਿਰਤੀ ਨਹੀਂ ਹੁੰਦੀ ਜਾਂ ਜਾਣਨ ਦੀ ਨਹੀਂ ਹੁੰਦੀ, ਉਹ ਵੀ ਕਈ ਵਾਰੀ ਨੁਕਸਾਨ ਕਰ ਜਾਂਦੀ ਹੈ। ਤਾਂ ਸਤਿਗੁਰਾਂ ਨੇ ਕਿਹਾ ਕਿ ਦੋ ਪ੍ਰਕਾਰ ਦੀ ਚਰਚਾ ਮੇਰੇ ਸਿੱਖ ਕਰਨ, ਵਾਦ ਚਰਚਾ ਅਤੇ ਹੇਤ ਚਰਚਾ। ਤੀਸਰੀ ਹੈ ਜਲਪਾ ਚਰਚਾ। ਜਲਪਾ ਦਾ ਅਰਥ ਵੀ ਹੁੰਦਾ ਬੋਲਣਾ, ਬਕਣਾ। ਜਲਪ ਕਹਿੰਦੇ ਜਿਹੜਾ ਬਕਵਾਦੀ ਹੁੰਦਾ, ਬੋਲਣ ਵਾਲਾ ਹੁੰਦਾ। ਇਹਦੇ ਵਿੱਚ ਸਤਿਗੁਰੂ ਕਹਿੰਦੇ ਕਿ ਆਪਣੀ ਗੱਲ ਨੂੰ ਹੀ ਆਪਣੇ ਪੱਖ 'ਚ ਰੱਖ ਕੇ ਦੂਸਰੇ ਦੀ ਗੱਲ ਨੂੰ ਵੱਖ ਵੱਖ ਪ੍ਰਮਾਣ ਦੇ ਕੇ ਖੰਡਨ ਕਰਨਾ ਜਾਂ ਉਹਨੂੰ ਨੀਵਾਂ ਦਿਖਾਉਣਾ, ਇਹ ਜਲਪਾ ਚਰਚਾ ਹੈ। ਅਤੇ ਇਹਨੂੰ ਸਿੱਖ ਤਿਆਗਣ। ਇਹਦੇ ਨਾਲ ਮਨ ਵਿੱਚ ਹੰਕਾਰ ਪੈਦਾ ਹੁੰਦਾ ਅਤੇ ਮਨੁੱਖ ਦਾ ਬੌਧਿਕ ਵਿਕਾਸ ਨਹੀਂ ਹੁੰਦਾ। ਚੌਥੀ ਹੈ ਬਤੰਡਾ ਚਰਚਾ। ਬਤੰਡਾ ਚਰਚਾ ਬਾਰੇ ਮਹਾਨ ਕੋਸ਼ ਦੇ ਕਰਤਾ ਨੇ ਵੀ ਲਿਖਿਆ ਵੀ ਇੱਕ ਚਰਚਾ ਦਾ ਰੂਪ ਹੈ।
ਜਿਹਦੇ ਵਿੱਚ ਇਹ ਹੈ ਕਿ ਸਤਿਗੁਰਾਂ ਨੇ ਤੇ ਜਿਹੜਾ ਭਗਤਮਾਲਾ ਵਿੱਚ ਜਿਹੜਾ ਵਰਣਨ ਕੀਤਾ ਕਿ ਆਪ ਨੂੰ ਕੋਈ ਸਮਝ ਨਹੀਂ ਅਤੇ ਹੋਰਸ ਦੀ ਗੱਲ ਮੰਨਣੀ ਨਹੀਂ, ਇਹ ਜਲਪਾ ਚਰਚਾ ਹੈ। ਹੁਣ ਇਹਨੂੰ ਤਿਆਗਣ ਲਈ ਕਿਉਂ ਕਿਹਾ? ਕਿਉਂਕਿ ਕਈ ਵਾਰੀ ਜਿਹੜੀਆਂ ਜਥੇਬੰਦਕ ਧਰਮ ਹੁੰਦੇ ਨਾ, ਉਹਦੀਆਂ ਮਹਾਨ ਰਵਾਇਤਾਂ, ਪਰੰਪਰਾਵਾਂ, ਮਾਨਤਾਵਾਂ ਹੁੰਦੀਆਂ ਨੇ। ਅੱਜ ਸਾਡਾ ਕੁਝ ਵਰਗ ਬੜੇ ਹੀ ਹਲਕੀ ਸ਼ਬਦਾਵਲੀ ਦੇ ਨਾਲ ਕੇਵਲ ਆਪਣੀ ਸੋਚ ਨੂੰ ਅੱਗੇ ਰੱਖ ਕੇ ਹਰ ਚੀਜ਼ ਦਾ ਖੰਡਨ ਕਰ ਰਿਹਾ। ਖੰਡਨ ਦਾ ਅਰਥ ਹੁੰਦਾ ਤੋੜਨਾ, ਜੋ ਵਿਸ਼ਵਾਸ ਨੇ ਕਿਸੇ ਦੇ ਉਹਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ। ਕਿਸੇ ਸਮੇਂ ਮੱਸਿਆ ਪੁੰਨਿਆ ਸੰਗਰਾਂਦ ਦਾ ਵਿਰੋਧ ਕੀਤਾ ਜਾਂਦਾ ਸੀ, ਜਦੋਂ ਕਿ ਗੁਰੂ ਦੇ ਸਿੱਖ ਸੰਗਰਾਂਦ ਵਾਲੇ ਦਿਨ ਕੇਵਲ 12ਵਾਂ ਬਾਣੀ ਦਾ ਪਾਠ ਸਰਵਣ ਕਰਦੇ ਆ, ਕੀਰਤਨ ਸਰਵਣ ਕਰਦੇ ਆ, ਬਾਣੀ ਪੜ੍ਹਦੇ ਆ। ਇਹ ਗੁਰੂ ਪੰਥ ਦਾ ਜੋੜ ਮੇਲਾ ਔਰ ਸੰਸਾਰ ਭਰ ਵਿੱਚ ਇਹ ਦਿਨ ਮਨਾਇਆ ਜਾਂਦਾ। ਹੁਣ ਤਾਂ ਉਸ ਤੋਂ ਅੱਗੇ ਹੁਣ ਚੱਲੇ ਤੇ ਹੁਣ ਅਸੀਂ ਕਦੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਵਿਰੋਧ ਹੋ ਜਾਂਦਾ, ਕਦੇ ਚੁਪਹਿਰੇ ਬਾਣੀ ਦੇ ਪਾਠ 'ਤੇ ਬੇਲੋੜੀ ਚਰਚਾ ਕਰਦੇ ਹਾਂ, ਜਦੋਂ ਕਿ ਗੁਰੂ ਦੇ ਸਿੱਖ ਜੁੜਦੇ ਨੇ, ਪਾਠ ਕਰਦੇ ਨੇ, ਗੁਰੂ ਦੇ ਸ਼ਬਦ ਨਾਲ ਜੁੜਦੇ ਨੇ। ਇਹ ਸ਼ਬਦ ਵਿਚਾਰ ਦਾ ਇੱਕ ਸੰਯੋਗ ਅਤੇ ਜੋੜ ਮੇਲਾ ਬਣਦਾ। ਕੋਈ ਸ਼ਖਸ ਤਖਤਾਂ ਦੀ ਨਿੰਦਿਆ ਕਰ ਰਿਹਾ, ਕੋਈ ਸ਼ਖਸ ਕਿਸੇ ਰੂਪ 'ਚ ਕਰ ਰਿਹਾ, ਇਹ ਜਿਹੜੀ ਚਰਚਾ, ਕੋਈ ਸਰੋਤ ਗ੍ਰੰਥਾਂ ਦੀ ਨਿੰਦਿਆ ਕਰ ਰਿਹਾ। ਅੱਜ ਸਾਰੇ ਸਥਾਪਿਤ ਧਰਮ, ਕਿਸੇ ਵਿੱਚ ਵੀ ਕਿਸੇ ਧਰਮ ਦੀ ਕਦੀ ਇਸ ਤਰ੍ਹਾਂ ਦੀ ਚਰਚਾ ਨਹੀਂ ਹੋਈ ਕਿ ਉਹ ਆਪਣੀਆਂ ਕਥਾ ਕਹਾਣੀਆਂ ਬਾਰੇ, ਆਪਣੇ ਸਰੋਤ ਗ੍ਰੰਥਾਂ ਬਾਰੇ ਜਾਂ ਆਪਣੇ ਪੂਰਵਜ਼ਾਂ ਬਾਰੇ ਇੰਨੇ ਨੀਵੇਂ ਪੱਧਰ 'ਤੇ ਜਾ ਕੇ ਉਹਨਾਂ ਦੀ ਹਲਕੇ ਪੱਧਰ ਦੀ ਆਲੋਚਨਾ ਕਰਦਾ ਹੋਵੇ। ਕੇਵਲ ਅਤੇ ਕੇਵਲ ਸਿੱਖ ਕੌਮ ਦੇ ਵਿੱਚ ਇੱਕ ਕਹਿ ਲਓ ਬਦਕਿਸਮਤੀ ਹੈ ਕਿ ਅਸੀਂ ਕਿਸੇ ਵੀ ਅਮੀਰ ਪਰੰਪਰਾ ਨੂੰ ਆਪ ਹੀ ਖੰਡਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਦੋਂ ਕਿ ਸਾਨੂੰ ਵੱਧ ਤੋਂ ਵੱਧ ਜੁੜਾਂਗੇ ਤਾਂ ਅਸੀਂ ਸ਼ਬਦ ਦੇ ਪ੍ਰਚਾਰ ਪ੍ਰਸਾਰ ਵਾਸਤੇ ਦੁਨੀਆਂ ਵਿੱਚ ਚੰਗਾ ਕਾਰਜ ਕਰ ਸਕਦੇ ਹਾਂ। ਜੇਕਰ ਸਤਿਗੁਰਾਂ ਨੇ ਇਹਨੂੰ ਦੋਏ ਪ੍ਰਕਾਰ ਦੀ ਚਰਚਾ ਤਿਆਗਣ ਵਾਸਤੇ ਕਿਹਾ, ਇਹ ਸਾਡੀ ਭਗਤਮਾਲਾ ਵਿੱਚ ਦਰਜ ਹੈ, ਤਾਂ ਅੱਜ ਸਾਡੇ ਸਮੂਹ ਸਿੱਖ ਅਵਾਮ ਨੂੰ ਜਾਂ ਕਹਿ ਲਓ ਉਸ ਸ਼੍ਰੇਣੀ ਨੂੰ ਜ਼ਰੂਰ ਜਾਗਰਤ ਹੋਣ ਦੀ ਲੋੜ ਹੈ ਕਿ ਜਦ ਅਸੀਂ ਵਾਦ ਅਤੇ ਹੇਤ ਵਿੱਚ ਸਨੇਹ ਅਤੇ ਪ੍ਰੇਮ ਦੇ ਨਾਲ ਇੱਕ ਦੂਸਰੇ ਦੇ ਕਹਿ ਲਓ ਪ੍ਰਸ਼ਨ ਉੱਤਰ ਸ਼ੈਲੀ ਵਿੱਚ ਜਾਂ ਆਪਣੇ ਸ਼ੰਕਿਆਂ ਦੀ ਨਿਵਰਤੀ ਲਈ ਵਿਚਾਰ ਕਰਾਂਗੇ ਤਾਂ ਸਾਡਾ ਬੌਧਿਕ ਵਿਕਾਸ ਹੋਏਗਾ। ਪਰ ਜੇ ਕੇਵਲ ਖੰਡਨ ਦੀ ਵਿਧੀ ਨਾਲ ਅਸੀਂ ਇਹ ਜਲਪਾ ਅਤੇ ਵਤੰਡਾ ਚਰਚਾ ਨੂੰ ਸਿਰ 'ਤੇ ਸਵਾਰ ਕਰਾਂਗੇ ਤਾਂ ਇਹ ਕੌਮ ਦਾ ਵੱਡਾ ਨੁਕਸਾਨ ਹੋਏਗਾ। ਅੰਤ ਵਿੱਚ ਇਹਦਾ ਤੱਤਸਾਰ ਵੀ ਹੈ ਸਾਖੀ ਦਾ ਕਿ ਉਹ ਚਰਚਾ ਕਰਨੀ ਹੈ ਜਿਹਦੇ ਨਾਲ ਮਨ ਨੀਵਾਂ ਹੋਵੇ, ਕਿਉਂਕਿ ਸਾਡੀ ਅਰਦਾਸ ਦੇ ਬੋਲ ਨੇ ਮਨ ਨੀਵਾਂ ਮਤ ਉੱਚੀ। ਮਤ ਉੱਚੀ ਉਦੋਂ ਹੁੰਦੀ ਹੈ ਜਦੋਂ ਬੰਦਾ ਆਪਣੇ ਮਨ ਨੂੰ ਨੀਵਾਂ ਕਰਦਾ, ਉਹਦੇ ਵਿੱਚ ਹਲੀਮੀ ਆਉਂਦੀ ਹੈ, ਨਿਮਰਤਾ ਆਉਂਦੀ ਹੈ, ਮਿਠਾਸ ਹੁੰਦਾ ਹੈ, ਤਾਂ ਕੁਦਰਤੀ ਹੈ ਕਿ ਆਤਮਕ ਅਤੇ ਬੌਧਿਕ ਵਿਕਾਸ ਹੁੰਦਾ ਹੈ। ਅਤੇ ਇਹ ਸਮਾਜ ਨੂੰ ਹਰ ਯੁੱਗ ਵਿੱਚ ਲੋੜ ਹੈ ਕਿ ਇਹ ਸਾਖੀ ਜਿਹੜੀ ਹੈ ਸਾਡੇ ਸਾਰਿਆਂ ਵਾਸਤੇ ਹੀ ਬਹੁਤ ਵੱਡੀ ਪ੍ਰੇਰਕ ਸ਼ਕਤੀ ਹੈ ਕਿ ਸਾਡਾ ਸਾਰਿਆਂ ਦਾ ਆਪਸੀ ਸਨੇਹ ਪਿਆਰ ਵਧੇ, ਆਪਸੀ ਇਤਫਾਕ ਵਧੇ, ਔਰ ਅਸੀਂ ਇਹ ਬੇਲੋੜੇ ਜਿਹੜੇ ਸ਼ੰਕੇ ਹੁੰਦੇ ਆ ਇਹਨਾਂ ਨੂੰ ਪਾਸੇ ਕਰੀਏ। ਕਿਉਂਕਿ ਅਸੀਂ ਜਦ ਤੱਕ ਸ਼ੰਕਿਆਂ ਦੇ ਸ਼ਿਕਾਰ ਹਾਂ ਤਾਂ ਅਸੀਂ ਜਦ ਵਿਵੇਕਦਾਨੀ ਬਣਾਂਗੇ ਅਤੇ ਵਿਵੇਕੀ ਬਣਾਂਗੇ ਅਤੇ ਚੜ੍ਹਦੀ ਕਲਾ ਹੋਵੇਗੀ। ਅੱਜ ਵਿਸ਼ਵ ਭਰ ਵਿੱਚ ਸਾਨੂੰ ਸਾਰਿਆਂ ਨੂੰ ਲੋੜ ਹੈ
ਕਿ ਸਾਡੀ ਚਰਚਾ ਦਾ ਇੱਕ ਮਿਆਰ ਹੋਵੇ, ਸਾਡੀ ਭਾਸ਼ਾ ਦਾ ਮਿਆਰ ਹੋਵੇ, ਔਰ ਇਸ ਮਿਆਰ ਹੋਏਗਾ ਤਾਂ ਸਾਡੇ ਆਪਸੀ ਰਿਸ਼ਤੇ ਜਿਹੜੇ ਹੋਰ ਤਕੜੇ ਹੋਣਗੇ, ਸਨੇਹ ਹੋਏਗਾ, ਪ੍ਰੇਮ ਹੋਏਗਾ, ਨਿਮਰਤਾ ਅਤੇ ਹਲੀਮੀ ਨਾਲ ਔਰ ਸਾਡੀ ਇੱਕਜੁੱਟਤਾ ਦੇ ਨਾਲ ਅਸੀਂ ਵਧੀਆ ਕਾਰਜ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।